ਸ੍ਰੀ ਕੇਤਪੁਰ ਸਾਹਿਬ ਅਨੰਦਪੁਰ ਸਾਹਿਬ ਰੋਡ ਤੇ ਪਿੰਡ ਨਿਕਵਾਲ ਦੇ ਕੋਲ ਹੋਏ ਦਰਦਨਾਕ ਹਾਦਸੇ ਵਿੱਚ ਇੱਕ ਨੌਜਵਾਨ ਮੁੰਡੇ ਦੇ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਤੁਹਾਨੂੰ ਦੱਸ ਦਈਏ ਕਿ ਇੱਕ ਗੱਡੀ ਜਿਹੜੀ ਕਿ ਚੰਡੀਗੜ੍ਹ ਤੋਂ ਉਨਾ ਵੱਲ ਜਾ ਰਹੀ ਸੀ, ਜਦੋਂ ਉਹ ਨਿਕਵਾਲ ਮੋੜ ਕੋਲ ਪਹੁੰਚੀ ਤਾਂ ਕਿਸੇ ਜੰਗਲੀ ਜਾਨਵਰ ਦੇ ਸੜਕ 'ਤੇ ਆ ਜਾਣ ਕਾਰਨ ਵਾਪਰੇ ਇੱਕ ਭਿਆਨਕ ਐਕਸੀਡੈਂਟ ਵਿੱਚ ਇੱਕ 25 ਸਾਲਾ ਨੌਜਵਾਨ ਦੀ, ਜੋ ਕਿ ਹਿਮਾਚਲ ਪ੍ਰਦੇਸ਼ ਦੇ ਉਨਾ ਸ਼ਹਿਰ ਦਾ ਰਹਿਣ ਵਾਲਾ ਸੀ ਅਤੇ ਅਗਲੇ ਹੀ ਮਹੀਨੇ ਉਸ ਦੀ ਸ਼ਾਦੀ ਸੀ, ਮੌਕੇ 'ਤੇ ਹੀ ਮੌਤ ਹੋ ਗਈ। ਇਹ ਨੌਜਵਾਨ ਉਨਾ ਦਾ ਰਹਿਣ ਵਾਲਾ ਸੀ ਅਤੇ ਆਪਣੇ ਦੋਸਤ ਨਾਲ ਚੰਡੀਗੜ੍ਹ ਜਾ ਕੇ ਵਾਪਸ ਜਾ ਰਿਹਾ ਸੀ। ਜਦੋਂ ਨਿਕਵਾਲ ਮੋੜ ਕੋਲ ਆ ਕੇ ਆ ਰਹੇ ਸਨ ਤਾਂ ਅਚਾਨਕ ਹੀ ਉਹਨਾਂ ਦੀ ਗੱਡੀ ਅੱਗੇ ਕੋਈ ਜੰਗਲੀ ਜਾਨਵਰ ਆ ਗਿਆ, ਜਿਸ ਕਾਰਨ ਗੱਡੀ ਪਲਟ ਕੇ ਗੱਡੀ ਨੇ ਦੂਸਰੇ ਪਾਸੇ ਜਾ ਰਹੇ ਵੀਰਚੇ ਰੰਗਹੀਨ ਵਿਅਕਤੀ ਨੂੰ ਵੀ ਆਪਣੀ ਚਪੇਟ ਵਿੱਚ ਲੈ ਲਿਆ। ਡਾਕਟਰ ਨੇ ਦੱਸਿਆ ਕਿ ਜਿਸ ਨੌਜਵਾਨ ਦੀ ਮੌਤ ਹੋਈ ਹੈ ਉਸਦਾ ਨਾਂ ਗਗਨ ਹੈ। ਮੈਂ ਤਾਂ ਭਰਾ ਜੰਦਵੜੀ ਦੇ ਖੂਹ 'ਤੇ ਪ੍ਰੋਗਰਾਮ ਲਾ ਕੇ ਆ ਰਿਹਾ ਸਾਈ 'ਤੇ। ਮੈਂ ਆਪਣੀ ਸਾਈਡ 'ਤੇ ਰੋਪੜ ਨੂੰ ਜਾ ਰਹੇ ਸੀਗੇ, ਅਤੇ ਉਹ ਪਾਲੀ ਸਾਈਡ 'ਤੇ ਰੋਪੜ ਵੱਲ 'ਤੇ ਉਹ ਆ ਰਹੇ ਤੇ ਕਹਿੰਦੇ, ਪਰ ਨਹੀਂ ਪਤਾ ਕੀ ਹੋਇਆ ਉਹਨਾਂ ਕੋਲ, ਕੀ ਮੂਹਰੇ ਆਇਆ ਉਹਨਾਂ ਨਾਲ ਉਹਨੂੰ ਬਚਾਉਣ ਵਾਸਤੇ, ਫੁੱਟਬਾਲ 'ਤੇ ਉੜ ਕੇ ਸਿੱਧੀ ਮੇਰੇ ਕੋਲ। ਮੈਂ ਐਕਟਿਵ ਆ ਗਈ, ਮੈਂ ਹੈਂਡੀਕੈਪ ਆ, ਮੇਰੀ ਹੈਂਡੀਕੈਪ ਹੋ ਗਿਆ ਅਤੇ ਮੈਨੂੰ ਨਹੀਂ ਪਤਾ ਲੱਗਿਆ। ਉਸ ਤੋਂ ਬਾਅਦ ਫਿਰ ਕਿੰਨੇ ਵਜੇ ਦਾ ਹਾਦਸਾ ਜੀ? ਸਰ ਉਸ ਹੁਣ ਦੇਖ ਲਓ, ਤੁਸੀਂ ਵੀ ਕਦੇ ਆਏ ਇੱਥੇ, ਜੇ ਟਾਈਮ ਹੀ ਦੇਖਿਆ ਹੁੰਦਾ ਫਿਰ ਤਾਂ ਤੁਸੀਂ ਕੁਛ ਨਹੀਂ ਸੋਚਿਆ ਕਿੰਨਾ ਟਾਈਮ ਸੀਗਾ, ਕਿੰਨਾ ਮੈਨੂੰ ਨਹੀਂ ਪਤਾ ਲੱਗਿਆ। ਨੀਲ ਕਿੱਦਾਂ ਹੋਇਆ ਜੀ ਸਾਰਾ, ਮਤਲਬ ਹਾਦਸਾ? ਮੈਂ ਤਾਂ ਪਾਲੀ ਸਾਈਡ ਸੀਗੇ ਬਸ, ਫਿਰ ਜੀ ਪਤਾ ਲੱਗਿਆ ਜੀ, ਉਹ ਤਾਂ ਉੜਦੀ ਓ ਆਈ ਮੇਰੇ ਪੈਰ ਤੋਂ। ਉਹਨਾਂ ਦਾ ਮੈਨੂੰ ਪਤਾ ਕੀ ਆਇਆ ਉਹਨਾਂ ਮੂਹਰੇ ਭਾਅ ਜੀ, ਮੈਂ ਤਾਂ ਆਪਣੀ ਸਾਈਡ ਸੀਗਾ ਨਾ, ਉੱਧਰ ਕੁਛ ਆਇਆ ਹੋਣਾ ਤਾਂ ਉਹਨੂੰ ਬਚਾਉਣ ਵਾਸਤੇ ਵਿਚਾਰਾ ਆਪ ਉਹ। ਦੁੱਖ ਲੱਗਿਆ ਯਾਰ ਮੈਨੂੰ ਇਸ ਗੱਲ ਦਾ, ਜਵਾਨ ਮੁੰਡਾ 27-28 ਸਾਲ ਦਾ ਸੀ। ਹਾਂਜੀ ਮੈਮ, ਇਹ ਨਿਕਵਾਲ ਕੋਲ ਹਾਦਸਾ ਹੋਇਆ ਜੀ, ਕਿਵੇਂ ਦੀ ਕੰਡੀਸ਼ਨ ਆ ਜਿਹੜੇ ਇੱਥੇ ਤੁਹਾਡੇ ਕੋਲ ਲਿਆਉਂਦੇ ਗਏ ਬੰਦੇ? ਜਿਹਨਾਂ 'ਚੋਂ ਇੱਕ ਸੀਗਾ ਜਿਹਦਾ ਨਾਮ ਗਗਨ ਹੈ, ਉਹ ਤਾਂ ਬਰੋਡ ਡੈਡ ਹੀ ਸੀਗਾ, ਐਂਬੂਲੈਂਸ ਸਾਡੇ ਕੋਲ ਲੈ ਕੇ ਆਈ ਆ, ਉਹ ਪਹਿਲਾਂ ਤਾਂ ਉਹਦੇ ਹੈਡ ਇੰਜਰੀ ਸੀਗੀ ਅਤੇ ਉਹ ਡੈਡ ਹੀ ਸੀਗਾ ਔਨ ਦਾ ਸਪੋਟ। ਅਤੇ ਦੂਸਰਾ ਉਹਦੇ ਮਤਲਬ ਗੋਡੇ 'ਤੇ ਸੱਟ ਹੈ ਅਤੇ ਉਹਦੇ ਕੰਨ ਦੇ ਪਿੱਛੇ ਸੱਟ ਹੈ, ਉਹਦੀ ਕੰਡੀਸ਼ਨ ਹਜੇ ਠੀਕ ਹੈ, ਉਹਦੇ ਅਸੀਂ ਸੂਚਰਿੰਗ ਕਰਕੇ ਫਸਟ ਏਡ ਸਾਰੀ ਦਿੱਤੀ ਹੋਈ ਹੈ। ਕਿੰਨੀ ਦੇਰ ਪਹਿਲਾਂ ਹੋਇਆ ਜੀ ਇਹ? ਕੁਛ ਕਰੀਬ 9:30 ਦੇ ਅਰਾਊਂਡ ਹੈ। ਠੀਕ ਹੈ ਜੀ, ਅਤੇ ਕਿੰਨੇ ਪੇਸ਼ੈਂਟ ਹੈ ਜੀ ਟੋਟਲ? ਸਾਡੇ ਕੋਲ 3 ਆਏ ਨੇ। ਠੀਕ ਹੈ, ਇੱਕ ਦੀ ਡੈਥ ਹੋ ਗਈ? ਇੱਕ ਦੀ ਡੈਥ ਹੋ ਗਈ ਹੈ, ਇੱਕ ਉਹਦੇ ਨਾਲ ਸੀਗਾ ਜਿਹੜਾ ਗੱਡੀ ਦੇ ਵਿੱਚ, ਸੇਮ ਗੱਡੀ ਦੇ ਵਿੱਚ ਸੀਗਾ, ਇੱਕ ਬੰਦਾ ਹੋਰ ਆਇਆ। ਠੀਕ।